ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਬਾੜਬਾਲਾ 'ਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਜਦ ਇੱਕ ਔਰਤ ਆਪਣੀ ਪੜੋਸੀ ਔਰਤ ਦੇ ਨਾਲ ਖੇਤਾਂ 'ਚ ਜਾ ਰਹੀ ਸੀ ਤਾਂ ਇਸੇ ਪਿੰਡ ਦੇ ਰਹਿਣ ਵਾਲੇ ਇੱਕ ਨੌਜਵਾਨ ਅਤੇ ਉਸ ਦੇ ਦੋ ਅਗਿਆਤ ਸਾਥੀਆਂ ਨੇ ਮਹਿਲਾ ਦੇ ਨਾਲ ਜ਼ਬਰਦਸਤੀ ਕੀਤੀ। ਜਦ ਔਰਤ ਨੇ ਆਪਣੇ ਪਤੀ ਦੇ ਨਾਲ ਪਿੰਡ ਦੀ ਪੁਲਿਸ ਚੌਂਕੀ 'ਚ ਸ਼ਿਕਾਇਤ ਕੀਤੀ ਤਾਂ ਕੋਈ ਕਾਰਵਾਈ ਨਹੀਂ ਹੋਈ, ਜਿਸ ਤੋਂ ਬਾਅਦ ਉਹ ਸ਼ਿਕਾਇਤ ਲੈ ਕੇ ਅਜਨਾਲਾ ਜਾ ਰਹੀ ਸੀ ਕਿ ਰਸਤੇ 'ਚ ਆਰੋਪੀਆਂ ਨੇ ਪੀੜਿਤ ਔਰਤ ਅਤੇ ਉਸ ਦੇ ਪਤੀ ਨਾਲ ਕੁੱਟਮਾਰ ਕੀਤੀ। ਪੀੜਿਤ ਔਰਤ ਅਤੇ ਉਸ ਦੇ ਪਤੀ ਨੂੰ ਜ਼ਖਮੀ ਹਾਲਤ 'ਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮੈਨੂੰ ਜਾ ਕੇ ਪਿਆਲੀ 'ਚ ਬਾਹਰ ਗਈ ਆੜਵੀਂ ਦੀ ਔਰਤ ਦੇ ਡੇਰੇ 'ਚ, ਉੱਥੇ ਜਾ ਕੇ ਪਏ ਨੇ ਗਾਲਾਂ। ਉੱਥੇ ਜਾ ਕੇ ਇਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਮਾਰ ਕੁਟਾਈ ਕੀਤੀ, ਇਹਨਾਂ ਨੇ ਕੱਪੜੇ ਵੀ ਮੇਰੇ ਪਾੜਤੇ ਨਾ। ਨਾ ਨਾ, ਮੈਂ 3 ਦਿਨ ਹੋ ਗਏ, ਪਹਿਲੂ ਵੀ ਰਿਪੋਰਟ ਦੇ ਗਈ, ਬਿਆਨ ਦੇਣ ਤੋਂ ਬਾਅਦ ਆਣ ਕੇ ਮੈਂ ਰਿਪੋਰਟ ਦੇ ਗਈ ਹਾਂ ਮੁਨਸ਼ੀ ਸਾਹਿਬ ਨੂੰ, ਦੇਖ ਗਈ ਰਿਪੋਰਟ, ਕੋਈ ਨਹੀਂ ਮੇਰੀ ਸੁਣਵਾਈ ਕੀਤੀ, ਉਹ ਮੁਲਾਜ਼ਮ ਨਹੀਂ ਭੇਜਿਆ ਇਹਨਾਂ ਨੇ। ਜੇ ਮੈਂ ਕੱਲ੍ਹ ਸੁਬਹਾ ਆਣ ਕੇ ਥਾਣੇ ਪੁੱਛਿਆ, ਮੈਂ ਸਰ ਗਏ ਨਹੀਂ, ਕਹਿੰਦੇ ਸਾਡੇ ਥਾਣੇ ਕੋਈ ਮੁਲਾਜ਼ਮ ਹੀ ਨਹੀਂ ਹੈਗਾ, ਮੁਲਾਜ਼ਮ ਹੋਣ ਤਾਂ ਫਿਰ ਘਰਾਂ ਦੇ। ਹਾਂਜੀ, ਛੋਟੇ ਫੜੇ ਸੀ, ਛੋਟਿਆਂ ਨਾਲ ਮਾਰ ਕਟਾਈ ਕੀਤੀ, ਕੋਈ ਉੱਦਾਂ ਉਹਨਾਂ ਨੇ ਬਹੁਤ ਜ਼ਿਆਦਾ ਮਾਰ ਕਟਾਈ ਕੀਤੀ। ਮੈਂ ਇਹ ਮੰਗ ਕਰਨੀ ਮੇਰੇ ਇਨਸਾਫ ਦਵਾਇਆ ਜਾਏ ਮੈਨੂੰ। ਤੁਸੀਂ ਮੈਨੂੰ ਹੁਣੇ ਦੱਸਿਆ, ਮੈਂ SHO ਤੋਂ ਪਤਾ ਕਰ ਲੈਣਾ ਕੀ ਹੈ, ਜੋ ਬਣਦੀ ਕਾਰਵਾਈ ਹੋਗੀ ਕਰ ਦਾਂਗਾ। ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।